ਖਾਲਸਾ ਕੌਂਸਲ ਅੰਮ੍ਰਿਤਸਰ ਵੱਲੋਂ ਦਿੱਲੀ ਤੋਂ ਆਰੰਭ ਹੋਈ ਪਹਿਲੀ ਗੁਰਗਿਆਨ ਪ੍ਰਕਾਸ਼ ਯਾਤਰਾ ਵੱਖ ਵੱਖ ਪੜਾਵਾਂ ਤੋਂ ਹੁੰਦਿਆਂ ਹੋਇਆਂ ਵਾਪਸ ਦਿੱਲੀ ਵਿਖੇ ਸੰਪੰਨ ਹੋਈ। ਇਸ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ ਬਲਾਕ ਕਾਲਕਾ ਜੀ ਵਿਖੇ ਭਾਈ ਕਾਨ ਸਿੰਘ ਨਾਭਾ ਨੂੰ ਯਾਤਰਾ ਕੀਰਤਨ ਸਮਾਗਮ ਕਰਵਾਏ ਗਏ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤੀ ਜਥਿਆਂ ਵੱਲੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਜ਼ਿਕਰੇ ਖਾਸ ਹੈ ਕਿ ਇਹ ਯਾਤਰਾ ਵੱਖ ਵੱਖ ਸ਼ਹਿਰਾਂ ਦੇ ਪੰਥ ਦੇ ਮਹਾਨ ਵਿਦਵਾਨਾਂ ਅਤੇ ਪੰਥ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਸੀ, ਜਿਸ ਦਾ ਦੂਜਾ ਪੜਾਅ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਰੰਭ ਹੋ ਕੇ ਦਿੱਲੀ ਵਿਖੇ ਸਮਾਪਤ ਹੋਇਆ ਸੀ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਯਾਤਰਾ ਦੀ ਕਵਰੇਜ ਲਈ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦੱਲੀ ਦਾ ਵੀ ਧੰਨਵਾਦ ਕੀਤਾ ਗਿਆ। ਪਹਿਲੀ ਗੁਰਗਿਆਨ ਪ੍ਰਕਾਸ਼ ਯਾਤਰਾ ਜੋ ਕਿ 25 ਅਪ੍ਰੈਲ 2017 ਤੋਂ ਆਰੰਭ ਹੋਈ, ਵੱਖ ਵੱਖ ਸ਼ਹਿਰਾਂ ਪਵਿੱਤਰ ਇਤਿਹਾਸਕ ਗੁਰਧਾਮਾਂ ਤੋਂ ਹੁੰਦਿਆਂ ਹੋਇਆਂ ਅੱਜ 12 ਮਈ 2017 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬੀ ਬਲੋਕ ਕਾਲਕਾ ਜੀ ਨਵੀਂ ਦਿੱਲੀ ਵਿਖੇ ਸਾਡੇ ਕੋਲ ਇਹ ਯਾਤਰਾ ਪਹੁੰਚੀ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੀਆਂ ਸੰਗਤਾਂ ਵੱਲੋਂ ਗੁਰਗਿਆਨ ਪ੍ਰਕਾਸ਼ ਯਾਤਰਾ ਦਾ ਇੱਥੇ ਆਉਣ 'ਤੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਨ ਦਾ ਸਦਕਾ ਖਾਲਸਾ ਕੌਂਸਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ, ਜੋ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਮਹਾਨ ਉੱਦਮ ਉਪਰਾਲਾ ਕੀਤਾ। ਗੁਰਗਿਆਨ ਪ੍ਰਕਾਸ਼ ਯਾਤਰਾ ਜੋ 25 ਅਪ੍ਰੈਲ ਤੋਂ ਪ੍ਰਾਰੰਭ ਹੋਈ ਸੀ, ਥਾਂ ਥਾਂ 'ਤੇ ਹਰੇਕ ਨਗਰ ਸ਼ਹਿਰ ਵਿੱਚ ਬਾਣੀ ਦਾ ਸ਼ਬਦ ਦਾ ਪ੍ਰਚਾਰ ਕਰਦਿਆਂ ਹੋਇਆਂ ਔਰ ਬਾਣੀ ਅਤੇ ਬਾਣੇ ਦੇ ਪ੍ਰੇਰਣਾ ਕਰਦਿਆਂ ਹੋਇਆਂ ਅੱਜ 12 ਮਈ ਨੂੰ ਇਹ ਯਾਤਰਾ ਆਪਣੇ ਆਖਰੀ ਪੜਾਅ ਦਿੱਲੀ ਵਿਖੇ ਬੀ ਬਲਾਕ ਕਾਲਕਾ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹੁੰਚੀ ਹੈ ਔਰ ਇਸ ਯਾਤਰਾ ਦੀ ਇੱਥੇ ਸੰਪੂਰਨਤਾ ਹੋਈ ਹੈ। ਕੋਟਾਨ ਕੋਟ ਧੰਨਵਾਦ। ਸਤਿਸੰਗ ਜੀ, ਜਿਵੇਂ ਆਪ ਜਾਣਦੇ ਹੋ ਕਿ ਖਾਲਸਾ ਕੌਂਸਲ ਦੇ ਸਮੂਹ ਰਾਗੀ ਜਥਿਆਂ ਵੱਲੋਂ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਵੇਂ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂਵਾਲ ਵਾਲਿਆਂ ਨੇ ਬੇਅੰਤ ਲੰਮਾ ਸਮਾਂ ਆਪ ਜੀ ਦੇ ਪਾਵਨ ਗੁਰਧਾਮਾਂ ਦੀ ਯਾਤਰਾ ਕੀਤੀ ਹੈ ਔਰ ਉਹ ਪਿਛਲੇ ਕੁਝ ਸਮੇਂ ਤੋਂ ਚਲਾਣਾ ਕਰ ਗਏ ਸਨ ਔਰ ਇਹ ਖਾਲਸਾ ਕੌਂਸਲ ਦੇ ਸਾਰੇ ਜਥਿਆਂ ਨੇ ਅਰਦਾਸ ਕਰਕੇ ਸੇਵਾ ਪ੍ਰਾਪਤ ਕੀਤੀ ਸੀ ਕਿ ਅੱਗੋਂ ਤੋਂ ਸਾਡੇ ਵੱਡਿਆਂ ਦੇ ਪਾਏ ਹੋਏ ਪੂਰਨੇ 'ਤੇ ਚੱਲ ਕੇ ਅਸੀਂ ਵੀ ਗੁਰਧਾਮਾਂ ਦੇ ਦਰਸ਼ਨ ਕਰੀਏ ਔਰ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਕਰੀਏ। ਸੋ ਸਤਿਗੁਰੂ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਰੇ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਪ੍ਰਾਪਤ ਕੀਤੀ। ਇਹ ਸੇਵਾ ਸਤਿਗੁਰੂ ਜੀ ਨੇ ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਈ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਨੂੰ ਹੋਰ ਪ੍ਰੇਰਣਾ ਦਿੰਦੇ ਰਹਿਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਐਸੇ ਉਪਰਾਲੇ ਜਾਰੀ ਰਹਿ ਸਕਣ। ਸਤਿਸੰਗ ਜੀ, ਅਸੀਂ ਸਾਰੀਆਂ ਹੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰੇ ਸਿੰਘਾਂ ਨੂੰ ਬਹੁਤ ਪਿਆਰ ਨਾਲ ਜੀ ਆਇਆਂ ਆਖਿਆ ਔਰ ਸਾਰਿਆਂ ਦੀ ਬਹੁਤ ਹੀ ਜ਼ਿਆਦਾ ਸੇਵਾ ਕੀਤੀ।